faded in this dark and smoky room. Way out, face reflecting bright green, brights and blues. You know I kinda want to disappear with you, but I don't think that is what I would usually do. Very good morning, sir. Umeed hai ki sare vadhiya honge. Te ਕਿਵੇਂ ਲੱਗ ਰਹੇ ਨੇ ਵਲੌਗ ਬਾਈ, ਜ਼ਰੂਰ ਦੱਸਿਆ ਕਰੋ, ਕਿਉਂਕਿ ਘੁੰਮਦੇ ਵੀ ਇਹਨਾਂ ਨਾਲ ਵੀਡੀਓਜ਼ ਵੀ ਬਣਾ ਰਹੇ ਹਾਂ, ਕਿ ਤੁਸੀਂ ਵੀ ਕੱਲ੍ਹ ਨੂੰ ਘੁੰਮੋ ਅਤੇ ਤੁਹਾਨੂੰ ਵੀ ਪਤਾ ਲੱਗੇ ਵੀ ਕਿਵੇਂ ਰਹੀਦਾ ਜਾਂ ਕਿਵੇਂ ਇੰਜੋਏ ਹੋ ਰਿਹਾ ਜਾਂ ਕਿਵੇਂ ਟ੍ਰਿਪ ਹੁੰਦੇ ਨੇ ਸਾਰੇ। ਅਤੇ ਫਿਲਹਾਲ ਅਸੀਂ ਹੈਗੇ ਹਾਂ ਪੈਂਗੋਂਗ ਲੇਕ ਵਾਲੇ ਰਸਤੇ ਦੇ ਉੱਤੇ ਹੀ। ਰਾਤੀ ਅਸੀਂ ਰਾਹ 'ਚ ਹੀ ਲਾ ਲਿਆ ਸੀ ਲਾਈਕ ਟੈਂਟ ਵਗੈਰਾ ਇੱਥੇ, ਅਤੇ ਕਿਉਂਕਿ ਅਗਲੇ ਬੰਨੇ ਕੀ ਹੁੰਦਾ ਕਿ ਜਦੋਂ ਤੁਸੀਂ ਆਰਮੀ ਕੈਂਪ ਵਗੈਰਾ ਦੇ ਲਾਗੇ ਬੰਨੇ ਨਹੀਂ ਲਾ ਸਕਦੇ ਕਿਉਂਕਿ ਉਹ ਲਾਉਣ ਨਹੀਂ ਦਿੰਦੇ, ਪਰਮਿਸ਼ਨ ਨਹੀਂ ਹੁੰਦੀ। ਹਾਂ, ਕਿਸੇ ਪਿੰਡ ਦੇ ਕੋਲ ਲਾ ਸਕਦੇ ਹੋ, ਜਿਵੇਂ ਕਿ ਅਸੀਂ ਵੀ ਰਾਤੀ ਇਹ ਕੋਈ ਪਿੰਡ ਹੈ ਅਤੇ ਇਹਦੇ ਕੋਲ ਫਿਰ ਅਸੀਂ ਇੱਥੇ ਟੈਂਟ ਲਾ ਲਿਆ ਸੀਗਾ ਇੱਥੇ ਵੀ ਅਸੀਂ ਰਹਾਂ, ਕਿਉਂਕਿ ਫਿਰ ਗੱਡੀਆਂ ਵਾਲੇ ਦੁਆਲੇ ਲਾ ਕੇ ਉਹਦੇ ਪ੍ਰੋਪਰ, ਅਤੇ ਫਿਰ ਸਾਹਿਬ ਵਿੱਚ ਟੈਂਟ ਲਾ ਲਿਆ ਵੀ ਕੱਲ੍ਹ ਨੂੰ ਹਵਾ ਵੀ ਪ੍ਰੈਸ਼ਰ ਨਾ ਪਵੇ ਅਤੇ ਤੁਸੀਂ ਈਜ਼ੀਲੀ ਸੌਂ ਸਕੋ। ਅਤੇ ਇਹ ਟੈਂਟ ਵਗੈਰਾ ਵੀ ਤੁਸੀਂ ਨਾਲ ਕੈਰੀ ਕਰ ਸਕਦੇ ਹੋ, ਈਜ਼ੀ ਵੀ ਹੈ, ਕਿਉਂਕਿ ਕੱਲ੍ਹ ਪੈਂਗੋਂਗ ਲੇਕ 'ਤੇ ਜਦੋਂ ਰੋਟੀ ਵੀ ਨਹੀਂ ਮਿਲ ਰਹੀ। ਜਿਨ੍ਹਾਂ ਨੇ ਪੁਰਾਣਾ ਵਲੌਗ ਨਹੀਂ ਦੇਖਿਆ ਉਹ ਜ਼ਰੂਰ ਦੇਖ ਲੈਣ, ਕਿਉਂਕਿ ਉੱਥੇ ਰੋਟੀ ਵੀ ਨਹੀਂ ਕੱਲ੍ਹ ਮਿਲ ਰਹੀ, ਰਸ਼ ਬਹੁਤ ਜ਼ਿਆਦਾ ਸੀਗਾ ਅਤੇ ਸਾਡਾ ਵੈਸੇ ਵੀ ਉੱਥੇ ਰਹਿਣ ਦਾ ਮਨ ਨਹੀਂ ਸੀਗਾ ਪੇਕੇ ਆਉਣਾ ਸੀ, ਕਿਉਂਕਿ ਅੱਜ ਅਸੀਂ ਜਾਣਾ ਹੈ ਹਲੇ। ਅਤੇ ਜਿਹੜਾ ਕਿ ਇੱਕ ਜਿੱਥੇ ਕਿ ਆਪਣੇ ਇੰਡੀਆ ਦੀ ਵੀ ਕਹਿ ਸਕਦੇ ਹਾਂ, ਮੇਰੇ ਨਾਲ ਵਰਲਡ ਦੀ ਜਿੱਥੇ ਕਿ ਓਬਜ਼ਰਵੇਟਰੀ ਹੈ ਬੜੀ ਵੱਡੀ ਹਲੇ, ਉੱਥੇ ਚੱਲਾਂਗੇ ਅੱਜ। ਵੈਸੇ ਉਹਦਾ ਪਰਮਿਸ਼ਨ ਨਹੀਂ ਮਿਲਦੀ, ਪਰ ਇਸ ਵਾਰੀ ਸਾਨੂੰ ਮਿਲ ਗਈ ਅਤੇ ਆਪਾਂ ਹਲੇ ਚੱਲਾਂਗੇ ਅਤੇ ਦੇਖਾਂਗੇ ਉੱਥੋਂ ਗਲੈਕਸੀ ਕਿਵੇਂ ਦਿਖਦੀ ਹੈ, ਕੀ ਸਿਸਟਮ ਹੈ, ਕੀ ਹੁੰਦਾ। ਅਤੇ ਫਿਲਹਾਲ ਟਾਈਮ ਹੋ ਚੁੱਕਿਆ ਬਾਈ 6 ਵੱਜ ਚੁੱਕੇ ਨੇ ਸਵੇਰ ਦੇ, ਅਤੇ ਹਾਂ ਠੰਡੀ ਹਵਾ ਚੱਲ ਰਹੀ ਹੈ ਅਤੇ ਇਸ ਟਾਈਮ ਕਿਉਂਕਿ ਇੱਥੇ ਅਜੇ ਸੂਰਜ ਨਹੀਂ ਆਇਆ, ਸਿਰਫ ਉਹ ਪਹਾੜੀਆਂ ਦੀ ਚੋਟੀ ਦੇ ਉੱਤੇ ਹੀ ਆਇਆ, ਠੀਕ ਹੈ, ਥੱਲੇ ਆਊਗਾ ਅਤੇ ਫਿਰ ਥੋੜ੍ਹਾ ਜਿਹਾ ਟੈਂਪਰੇਚਰ ਘੱਟ ਜੂਗਾ। ਅਤੇ ਇਹ ਸਾਡੀ ਸੀਰੀਜ਼ ਚੱਲ ਰਹੀ ਹੈ ਬਈ ਲਦਾਖ ਵਾਲੀ ਫਿਲਹਾਲ, ਅਤੇ ਅੱਜ ਅਸੀਂ ਹਲੇ ਤੋਂ ਬਾਅਦ ਫਿਰ ਅਸੀਂ ਨਿਕਲੋਂਗ ਨਿਕਲਾਂਗੇ ਅਗਲੇ ਬੰਨੇ, ਮਤਲਬ ਕੱਲ੍ਹ ਨੂੰ ਉੱਧਰ ਜਾਵਾਂਗੇ। ਅਤੇ ਸ਼ਾਇਦ ਸਪੀਤੀ ਵੀ ਕਰ ਰਹੇ ਹਾਂ ਅਸੀਂ, ਅਤੇ ਹੋਰ ਉਮੀਦ ਹੈ ਕਿ ਵਧੀਆ ਹੋਣਗੇ ਅਤੇ ਇੰਜੋਏ ਕਰ ਰਹੇ ਹੋ, ਅਤੇ ਨਹੀਂ ਕਰ ਰਹੇ ਤਾਂ ਵੀ ਦੱਸਿਓ। ਹਾਂ, ਕੁਛ ਲੋਕਾਂ ਦੇ ਕੁਐਸਚਨ ਵੀ ਹੈਗੇ ਆ, ਜਿਵੇਂ ਕਿ ਤੁਸੀਂ ਐਸ ਯੂ ਵੀ ਲੈ ਕੇ ਜਾ ਸਕਦੇ ਹਾਂ ਜਾਂ ਅਸੀਂ 20 ਇੰਚੀ 22 ਇੰਚੀ ਲੋਇਆ ਨਾਲ ਗੱਡੀ ਖੜ ਸਕਦੇ। ਮੈਂ ਕਿਹਾ ਨਹੀਂ ਖੜ ਸਕਦੇ ਬਾਈ, ਮੈਂ ਪਹਿਲਾਂ ਵੀ ਦੱਸਿਆ ਹੋਇਆ, ਕਿਉਂਕਿ ਯਾਰ ਅਸੀਂ ਜਿੱਦਾਂ ਕੱਲ੍ਹ ਆਫ ਰੋਡਿੰਗ ਕਰ ਰਹੇ ਸੀ, ਸਾਨੂੰ ਰਸਤਾ ਮਿਲਿਆ ਹੁੰਦਰ ਤੋਂ ਵੀ ਚਲਾ, ਠੀਕ ਹੈ, ਅਸੀਂ ਉਸ ਰਸਤੇ ਆਏ, ਉੱਥੇ ਤੁਹਾਡੇ 20 ਇੰਚੀ ਲੋਏ ਟਾਇਰ ਕੱਟ ਲੱਗਣਾ ਬਹੁਤ ਡਰ ਹੁੰਦਾ ਅਤੇ ਤੁਸੀਂ ਉਹਨੂੰ ਰਫਲੀ ਵੀ ਨਹੀਂ ਚਲਾ ਸਕਦੇ, ਇਸ ਕਰਕੇ ਟਾਇਰ ਨਹੀਂ ਲਿਆ ਸਕਦੇ। ਦੂਜੀ ਗੱਲ ਹੈ ਛੋਟੀ ਗੱਡੀ ਲਿਆ ਸਕਦੇ ਹੋ, ਬਟ ਫਿਰ ਤੁਹਾਨੂੰ ਜਿਹੜੇ ਨੋਰਮਲ ਰੂਟਸ ਜਾਂਦੇ ਨੇ ਉਹਨਾਂ 'ਤੇ ਜਾਣਾ ਪੈਣਾ, ਪੰਗੇ ਨਹੀਂ ਲੈ ਸਕਦੇ, ਠੀਕ ਹੈ। ਅਤੇ ਕਿਉਂਕਿ ਰੋਡ ਬਹੁਤ ਸੋਹਣੇ ਬਣ ਚੁੱਕੇ ਨੇ, ਪਹਿਲਾਂ ਇੱਦਾਂ ਰੋਡ ਨਹੀਂ ਸੀਗੇ ਇੱਥੇ। ਅਤੇ ਹੋਰ ਕਿਸੇ ਦੇ ਕੀ ਕੁਐਸਚਨ ਸੀਗੇ ਫਿਲਹਾਲ? ਹੋਰ ਤੈਨੂੰ ਟੱਪੀ ਤੱਕ ਗਈ ਰਵੀ ਟੱਗੀ ਹੈਗੀ ਆ ਰਵੀ ਤੇ ਪਾਣੀ ਡੱਡਾ, ਕਿਉਂਕਿ ਬਾਈ ਟੈਂਪਰੇਚਰ ਰਾਤੀ ਮਤਲਬ ਨੋਰਮਲ ਸੀਗਾ, ਮਾਈਨਸ ਜਿਹਾ ਸੀ, ਪਲੱਸ ਜਿਹਾ ਸੀ, ਮਾਈਨਸ ਨਹੀਂ ਗਿਆ, ਪਰ ਫਿਰ ਵੀ ਉਹ ਸਾਹਮਣੇ ਦਾ ਪਾਣੀ ਚੱਲ ਰਿਹਾ ਸੀ, ਕਿਹਾ ਵੀ ਉੱਥੋਂ ਧੋ ਲੈ ਕਿਉਂ ਆ ਜਿਹੜਾ ਨਾ। ਅਤੇ ਦੋਸਤੋ ਇੱਥੇ ਨਾਲ ਇੱਕ ਸਾਨੂੰ ਇੱਕ ਰੈਸਟੋਰੈਂਟ ਵੀ ਸੀਗਾ, ਢਾਬਾ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਚੂਲੇ ਕਿੱਡਾ ਤੁਸੀਂ ਲੰਗਰ ਲਾਇਆ? ਡਾਕਟਰ ਨੇ ਨਵੀਂ ਸਕੀਮ ਦਿੱਤੀ ਆ, 2 ਜੋੜ ਕੇ ਖਾ। ਅੱਛਾ, ਪਾਰਲੇ ਜੀ, ਜੀ ਮਾਨੇ ਜੀਨੀਅਸ। ਹਾਂ ਹਾਂ ਹਾਂ, ਤਾਂ ਜੀਨੀਅਸ ਨਾ ਲੱਗਾ, ਕੱਲਾ ਮੈਂ ਤੂੰ ਵੱਖਰਾ ਹੈਗਾ, ਕੱਲਾ ਜੀਨੀਅਸ ਬਣੇਗਾ। ਹਾਂ, ਤੂੰ ਵੀ ਵਰਡ ਨਾਲ ਅਸੀਂ ਵੀ ਨਾਲੇ ਬਣਾਂਗੇ। ਵਧੀਆ ਗੱਲ ਹੈ, ਵਧੀਆ ਗੱਲ ਹੈ। ਤੇ ਦੋਸਤੋ ਫਾਈਨਲੀ ਸਾਡੇ ਬੰਦੇ ਨੇ ਹੁਣ ਟੈਂਟ ਵਗੈਰਾ ਆਪਣੇ ਸਮੇਟ ਲਿਆ, ਤਾਂ ਬੋਤਲਾਂ ਚੱਕ ਲਓ ਵੀ, ਆਪਣਾ ਖਲਾਰਾ ਨਹੀਂ ਪਾਈਦਾ ਤਾਂ ਕਿਤੇ ਵੀ, ਕਿਉਂਕਿ ਕੱਲ੍ਹ ਨੂੰ ਕੋਈ ਹੋਰ ਆਣ ਕੇ ਵੀ ਰਵੇ। ਅਤੇ ਆ ਫੜ ਬੋਤਲ, ਫੜ ਉਹ ਵੀ, ਚੁੱਕ ਲਾ ਲਿਫਾਫਾ ਜਿਹਾ ਮਾੜਾ ਜਿਹਾ ਵੀਤੇ, ਅਤੇ ਜਗ੍ਹਾ ਕਲੀਨ ਕਰਕੇ ਜਾਇਆ ਕਰੋ ਜਿੱਥੇ ਤੁਸੀਂ ਰਹਿ ਰਹੇ ਹੋ, ਕਿਉਂਕਿ ਬਾਈ ਨੇਚਰ ਹੈ ਅਤੇ ਜਿੰਨੀ ਸਾਫ਼ ਰੱਖਾਂਗੇ ਉਨਾ ਹੀ ਵਧੀਆ ਰਹੂਗਾ। ਅਤੇ ਫਿਲਹਾਲ ਹੁਣ ਆਪਾਂ ਨਿਕਲ ਲੱਗੇ ਹਾਂ ਹਲੇ ਲਈ, ਅਤੇ ਕਿੱਧਰੋਂ ਕਿੱਧਰੋਂ ਜਾਵਾਂਗੇ ਥੋੜ੍ਹਾ ਗਾਂਹ ਜਾ ਕੇ ਦੱਸਦੇ ਹਾਂ। ਅਤੇ ਟਾਈਮ ਹੋ ਚੁੱਕਿਆ ਬਾਈ, ਦੋਸਤੋ ਇਹ ਵਾਲਾ ਟ੍ਰਿਪ ਮੈਨੂੰ ਸਪੋਂਸਰ ਕੀਤਾ ਹੈ ਬੁੜਮੋ ਨੇ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ, ਬੁੜਮੋ ਇੱਕ ਜਿੱਦਾਂ ਕਿ ਤੁਹਾਡੇ ਮੈਸੇਜ ਬਹੁਤ ਜਣਿਆਂ ਦੇ ਆਏ ਨੇ ਬੁੜਮੋ ਕੀ ਆ, ਰਾਜ ਲੋਕ ਵੀ ਪੁੱਛਦੇ ਨੇ। ਬੁੜਮੋ ਹੈਗਾ ਬਾਈ ਇੱਕ ਔਨਲਾਈਨ ਸ਼ੋਪਿੰਗ ਪਲੇਟਫਾਰਮ ਆ, ਜਿੱਥੋਂ ਕਿ ਤੁਸੀਂ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਦੇ ਸਪੇਅਰ ਪਾਰਟ ਬਾਏ ਕਰ ਸਕਦੇ ਹੋ। ਮੈਂ ਵੈਸੇ ਲਿੰਕ ਵਗੈਰਾ ਡਿਸਕ੍ਰਿਪਸ਼ਨ ਦਿੱਤੇ ਹੋਏ ਨੇ, ਤੁਸੀਂ ਜਾ ਕੇ ਦੇਖ ਵੀ ਚੈੱਕ ਵੀ ਕਰ ਸਕਦੇ ਹੋ। ਤੁਹਾਨੂੰ ਗੱਡੀ ਦਾ ਕੋਈ ਵੀ ਪਾਰਟ ਚਾਹੀਦਾ ਹੋਵੇ ਕਿਸੇ ਵੀ ਗੱਡੀ ਦਾ, ਤੁਹਾਨੂੰ ਇਹਨਾਂ ਕੋਲੋਂ ਮਿਲ ਸਕਦਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ। ਜਦੋਂ ਤੁਸੀਂ ਪੈਂਗੋਂਗ ਵੱਲੋਂ ਇੱਧਰ ਆਉਂਦੇ ਹੋ ਤਾਂ ਇੱਕ ਤਾਂਗ ਚੀ ਪਿੰਡ ਆਉਂਦਾ, ਅਤੇ ਇੱਥੋਂ ਤੁਸੀਂ ਮੁੜ ਜਾਣਾ ਹਲੇ ਵਾਸਤੇ, ਅਤੇ ਲਿਖਿਆ ਵੀ ਹੋਊਗਾ ਇਹ ਇੱਧਰ ਨੂੰ ਜਾਂਦੇ ਆ ਲੇਹ ਵਾਲੇ ਸਾਰੇ ਆ ਗਏ, ਅਤੇ ਬਟ ਆਪਾਂ ਉਹ ਚਲੇ ਜਾਵਾਂਗੇ ਅਤੇ ਲੇਹ ਚਲੇ ਜਾਵਾਂਗੇ। ਆਪਾਂ ਇੱਥੋਂ ਇੱਧਰ ਚੱਲ ਜਾਂਦੇ, ਇਹ ਪਿੰਡ ਦਾ ਨਾਮ ਹੈ ਇੱਥੇ ਲਿਖਿਆ ਹੋਇਆ ਤਾਂਗਸੇ, ਤਾਂਗਸੇ।
ਤੇ ਹੁਣ ਆਪਾਂ ਚੱਲਨੇ ਆ ਇੱਧਰ ਨੂੰ ਕਿਉਂਕਿ ਆਪਾਂ ਜਾਵਾਂਗੇ ਹਾਲੇ ਇਸ ਰੂਟ ਥਾਣੀ। लास्ट टाइम किया मेरे ब्लॉग्स पे ने जिप्सी वाले वो बहुत ही सोहना रूट सीगा लाइक घोड़े भज रहे ने फिल्मी सीन मतलब बहुत ही फांसी पेंगोंग लेक दे बिल्कुल नाल जाके ते चिशुली जाके निकलता सीगा। ते ए जिहड़ा रूट है थोड़ा जिहा नवा है मतलब पहली बार ट्राई कर रहा है पर ए वी वधिया है बहुत सोहने तुसीं व्यूज इंजॉय कर रहे हो बहुत सोहना है ते वाइल्ड लाइफ सेंचुरी पिछे लंघ के गई है ठीक है मतलब कि बहुत सोहना वाटर चल रहा है नैचुरल व्यू ने ते मैं सारी चीज़ां तुहानूं कैप्चर करके नहीं दिखा सकता। हाँ तुहानूं ट्रैवल करो तुसीं वध इंजॉय करोगे बट मैं फिर भी ट्राई कर रहा कि तुहानूं वध तों वध दिखाया जाए। तो हुण असीं चिशुल पहुंचने वाले हाँ तो ऑलमोस्ट सानू चलिया नू हो चुके ने कोई 2 घंटे हो चुके ने ते कुछ जगह तो रोड बनी है कुछ जगह तो नहीं बनी तो फिलहाल आप हम अगले महीने फिर व्यू देखो तो आप फाइनली चिशुल पहुंचने वाले हैं। सामने तुम व्यू देख सकते हो कि सोहना व्यू पिंड है उसके थले ऑलमोस्ट ये बिल्कुल इधरले बने पहाड़ा के पेंगोंग लेक है जी चलती है। तो दोस्तों तुसी देख सकते हो कि असं बिल्कुल ही चाइना के बॉर्डर के आले दुआले घूम रहे हैं। ये चाइना का कोई शहर है असं इस टाइम इतने हाँ आ बॉर्डर जो ब्लैक वाली लाइन देख रहे हो ना तो आप पेंगोंग असी चिशुल पहुंचने वाले हाँ हूँ बस थोड़ा चिर पहले इधरले बने चाइना है मतलब ये पहाड़ा के बिल्कुल बैक साइड से तो बंकर तुम देख सकते हो हूँ असं फिर पुराने रूट से चढ़ के जिते जिप्सी तो मैं अर्पण सके कोई पिंड भी नहीं आना कुछ लास्ट जो चिशुल अगले बने जाके मीना हलने वाला ही आना है जाके जरूर कुछ खाण मिल जाएगा पर हम फिलहाल इन्होंने 12 बजने वाले ने व्यू वेखो बंजर रोड कोई लेना देना नहीं कोई बंदा नहीं बंदे की जात नहीं इतने तो हम ए ही चलूगा ट्रिप ये तो इन कहते एक्चुअली एडवेंचर तो नेचर लवर इंडिया खान पीन खाई पी जाओ रख लो ना जूस भी फड़ाने भी फड़ो चॉकलेट है खत्म ताड़े को फोन ओ क्या ओहो एंट्री पाउंदे आ थोड़ी गड्डी दी ते होर कुछ नहीं
क्योंकि इतने बिलकुल ही बॉर्डर लागे हो जाता चाइना का जोड़ा अपना पिछले डिस्प्यूट हो चाइना इतने थोड़े जो इतों लाइक ऑलमोस्ट 50 किलोमीटर होर साइड से इधरली साइड से होया तो इस करके इन्होंने लेक वाला राह भी ता ही बंद किया क्योंकि अदरवाइज लेक के नाल भी आ जाएगा तो हूँ इन्होंने फिर इतने चैकिंग से पोस्ट से एंट्री पानी शुरू कर ली होर कुछ नहीं तो कोई इशू नहीं है तो परमिट थोड़ा चाहिए ही चाहिए क्योंकि हाले जाने वास्तव परमिट लीगल है तो वो थोड़ा दस्या हुआ भी किमें लैना है पुराने ब्लॉग्स तुम देख सकते हो फाइनली आप चौक च पहुंच गए जिथों की लाइक हाले नू चाहिए ये ब्रिज है सो क्रॉस करके आप हाले जाना है इधरों एक लेह तो रस्ता होर आता है तो वह भी मैं दिखा दिना भाई बहुत ही मुश्किल तरीके लंघन दिता उन्होंने पर वैसे उत्थे वीडियोग्राफी अलाउड नहीं हैगी तो वेखूंगा जे सानू कुछ फुटेज मिल गई तो थोनू जरूर दिखा देंगे नहीं तो अदरवाइज ये साडियां मैमरी साडे कोल ही रह जाणगियां तो देखते हैं कि बनता है क्योंकि इतों घंटा डेढ़ की ड्राइव है हालने की तो तीन हिस्सों तो वह चाइना के एक हिस्सा अपने जाता इंडिया वालों तो काफ़ी उत्ते मतलब टॉप हिल है तो आओ चलते हैं मेन अपने टैलीस्कोप आ जिहड़ी कि इंडिया की है जिथों कि तुम सारा तो सारा ही वैदर वगैरह फोरकास्टिंग वगैरह देख सकते हो तो यह ओपरेट वगैरह बाई कहना तो सारा जो खुल जाता है लाइक 360 तो यह मेन टैलीस्कोप है इंडिया की तो इतों सारा वैदर कास्टिंग वगैरह सारा कुछ जोड़ा इतों हो जाता है तो इसकी वीडियो ले सकता हूँ आगे कर लो नहीं जो फिर ये डायरेक्ट जो है एस्ट्रोनर के जो लिंक है हमारा हाँ जो बेंगलोर भेज जाएगा ओके ये पूरा ऑब्जर्वेटरी सोलर पे चल रहा है जो हमारा अच्छा 24/7 ओके 90 के वी का ओके इसका नाम है टेलीस्कोप का हिमालयन चंद्रा ऐसा दिखता दिखते हैं जो क्या बात है स्टार जो ज्यादा डार्क वाले वो भी स्टार ही हैं कौन सा जो ज्यादा डार्क हैं सारे स्टार ही हैं हाँ ये सर लाइट है ना अच्छा लाइट है इसमें ब्लू है येलो है हाँ उसके कलर के हिसाब से उसका एज अच्छा ये नेबुला है नेबुला जो ना ये डेड स्टार है मतलब उसको स्टार का जो लाइफ खत्म होता है इसलिए जो ना ब्लास्ट होता है इसलिए ये भी रिंग नेबुला है ये ईगल नेबुला जो ऑब्जर्वेशन के टाइम पे ऐसे ही दिखते हैं ब्लैक एंड व्हाइट में स्टार हमें कुछ पता नहीं चलेगा ये क्या तो बाद में फिल्टर करते हैं ओके ये गमा रे बास्ट है जो यो ये नीचे जो ना लाल वाला है ना हाँ और उसके बगल में चार पांच है हाँ वो सारा गमा रे टेलीस्कोप है अच्छा ये वाला जो ना इंफ्रारेड टेलीस्कोप ये नया वाला है इंफ्रारेड है गमा रे ये वाला सुपरनोवा है ये अपना मिल्की वे अच्छा
तो रात को मिल्की वे यहाँ से फिर वैसे भी दिख जाता है कि टेलीस्कोप के थ्रू दिखता है वैसे? वैसे दिख जाते हैं, ऐसे दिख जाते हैं। अच्छा, दिख जाता है। ये जो लाइन नीचे दिख रही है ऐसे दिखता है ना? हाँ, ऐसे दिख जाता है। अच्छा, ये नियरेस्ट गैलेक्सी है हमारा, एंड्रोमेडा। ये डूम ऐसे ओपन होते हैं, फिर छोड़ो रोटेट कर सकते ये कैमरा टेलीस्कोप वो नीचे वाला, नीचे वाला जो। इंडिया जी मेन ऑब्जर्वेटरी है, असं उत्थे खड़े हैं। ये वर्ल्ड की सैकेंड हाईएसट जी ऑब्जर्वेटरी है, तो ये सारी सारी मेरे पिछे है। तो ये बहुत ही मतलब लकी टाइम होंगे, तुम देख सकते हो। बाकी देगी इस करके असं नाइट नहीं रुक रहे, देने देने ही है, तो असं वापस निकल चले हैं कि वो वास्ते परमिशन होर ज़्यादा लेनी पैंती है। तो रात में ज़्यादा वधिया इतों गलैक्सी दिखती है। हाँ, जे कि हाथ उत पैंता तो अपनी परमिशन लैके आ सकता, अदरवाइज नहीं। तो बाकी खाने कुछ हम भुख लग गई है, फाइनली सा टारगेट जो है पूरा हो चुका। तो थले जी पुराने वाली है जी पहला होंगी सी, वापस ले नहीं जा रहे। मैं दस्या इतों कलोंग निकल जाइए, सुमड़े की लेक में भी राज रस्ता जाना, पर उसे आप जा नहीं रहे। एरक लास्ट टाइम मैं गया से वो देख सकते हो, पर एरक हाँ हालने जरूरी से कि असी कर लिया। साढ़े को टाइम बहुत है, सवा दो हुए ने, इस करके अं सोच रहे कि साढ़े को सफर निकलता क्ड लीए, तो इस करके अं कलोंग का टूट पा लिया। जो तक पहुँचा उतो जाके रुक देंगे। फिलहाल इतों कलोंग है 350 किलोमीटर डेढ़ घंटे, इसको तुम ले भी जा सकते हो वापिस, तो ले भी मतलब ऑलमोस्ट मान के चलो 200-250 होगा, तो बट अं ले नहीं जाना, असं चलेंगे कलोंग वाले रूट। फाइनली दोस्तों इतने फिर ना गए अगे कदे साढ़े खपे पे क्योंकि खाण सिर का कुछ नहीं मिले, मैंने क्या खा लो उदो ही रुके ना, वो पिंड च भी ना रुके उत्थे हाले, तो उत्थे रुक जाते, तो उत्थों भी उन्होंने मिल जाए। तो हूँ भी किधर गए, हूँ किधर गए, चल गए उन्होंने खा लो कुछ फैश दी कही तेने इत जान दे लंघ गए, हूँ कितने खिलोवा इतने यार, किड्डे खराब बंदे अपने यार खलोते नहीं इतने, इतने रोड आता भाई ले हलो, तो इधर है अपना ये हम सीधे चलना पा कलोंग, बंद रुक जाओ रुके ही नहीं, ये तो मरन गए भुखे सानू मारन गए, हम चक्कर यही नहीं ब्रेक मार रहे कर सकते हैं हम आप भाई, ये पिंड लंघ गया वैसे सारा सारा ना। इतने पहाड़ा के कलर भी चेक कर सकते हो, तुम देख सकते पर्पल जो रोड शो हो रहा होना, मतलब ये बहुत सोहने कलर है, तो वैली भी एक पर्पल वैली भी आँगी, पर आप रूट सी जा नहीं रहे, वो ले टू मनाली वाले तो आँगी है। चेक पोस्ट आ जाती है, तो इधर चल जाते आप सोमरे की लेक चल जाइए वा जाने, ये जगह का नाम जो है ये दोस्तों माहे आन के भी थोड़े मैं अगर दसिया भी सगा कि इतने थोड़ा परमिट भी चेक कराने पैदा है कि तुम परमिट थोड़े को होना जरूरी है, ये थोड़ू सोमरे की भी नहीं जान देते, अगे भी नहीं जान देना इन्होंने, तो इस करके परमिट लैके जरूर चलो, किमें लैने थोड़ा मैं दसिया, तो वो तुम मेरे पुराने ब्लॉग्स देख सकते हो। तो बंदे साढ़े ना बहुत माड़ी हो रही है, कोई खाने इतने भी कुछ नहीं मिले, तो गाला ही मिल रही ने। पिछले क्लिप्स देखिया ने घट्टा उड़ता पाया जिते कोई बंदा ना बंदे की जात कुछ भी नहीं, तो उत्थे गल कर रहे भी उदा रोड उन्होंने साढ़े ड्राइवर अगला वो कह रहे हैं कि हाँ अगे जाके आना है, पर सॉरी टू से बट अगे जाके कोई इदा राह नहीं आना, तो लारे ला रहे हूँ मैं ना। हाँ, बाकी भाई ये बहुत ही हैक्टिक जहाँ डेंजरस जहा आड़ रूट असं कटिया है, तो मैं चाहूँगा तुम ट्राई ना ही करो तो वधिया गल है, तुम ले तो अपने आ जाओ हाले में तो वधिया गल है, तो परमिट लैके एडे रूट तो असं आए इधर तो नहीं ना ट्राई करो, तो चंगी गल है अब वेले से आ गए, तो बट पंगा ना ही लो क्योंकि उत्तर चाइना का बॉर्डर ना ही लगता, तो इस करके उत्थे कोई मतलब कोई भी इशू हो तो ना ही फस जाना, इस करके ध्यान रखियो। हूँ फिलहाल आप कलोंग जा रहे हैं, तो कोई नहीं अगे जाके फील लै लो। हाँ, एक लंबा स्ट्रैच आना, तो वो देखते हैं सानू अज मिलता है कल मिलता, क्योंकि मुझे लगता है कि 9 घंटे सानू इतों लगने माही तो कलोंग दे, तो जिते नेरा हो उत्थे तंबू ला ही लैने, तो बाकी ये भी रोड बहुत सोहना है, तुसी व्यूज इंजॉय कर नाल। Before I'm in too deep, then I can't go back.
ਬਈ ਅਸੀਂ ਕੈਰੀ ਕਰ ਰਹੇ ਸੀ ਡੀਜ਼ਲ ਨਾਲ ਕਿਉਂ ਕਿਉਂਕਿ ਇੱਧਰ ਪੰਪ ਨਹੀਂ ਆਉਂਦਾ ਕੋਈ ਵੀ ਰਸਤੇ 'ਚ ਕਲੌਂਗ ਤੋਂ ਚੱਲ ਲੇਹ ਤੋਂ ਚੱਲ ਕੇ ਕਲੌਂਗ ਜਾ ਕੇ ਪੰਪ ਮਿਲਦਾ ਉਸ ਤੋਂ ਪਹਿਲਾਂ ਨਹੀਂ ਮਿਲਦਾ ਅਤੇ ਇਸ ਕਰਕੇ ਕਿਉਂਕਿ ਅਸੀਂ ਆਊਟਰ ਏਰੀਆ ਹੀ ਘੁੰਮ ਰਹੇ ਸੀਗੇ ਲਾਈਕ ਜਿਵੇਂ ਅਸੀਂ ਹੁੰਦਰ ਤੋਂ ਤੇਲ ਪਵਾਇਆ ਸੀਗਾ ਅਤੇ ਪੈਂਗੋਂਗ ਵੀ ਘੁੰਮ ਕੇ ਫਿਰ ਅਸੀਂ ਹਾਨਲੇ ਘੁੰਮ ਕੇ ਅਤੇ ਫਿਰ ਹੁਣ ਰਾਹ 'ਚ ਆਣ ਕੇ ਪਾ ਰਹੇ ਹਾਂ ਕਿਉਂਕਿ ਥੋੜ੍ਹਾ ਥੋੜ੍ਹਾ ਰਹਿ ਗਿਆ ਤੇਲ ਅਤੇ ਇਸ ਕਰਕੇ ਤੇਲ ਵੀ ਕੈਰੀ ਕਰ ਸਕਦੇ ਜੇ ਤੁਸੀਂ ਇਹ ਏਰੀਆ ਕਰਨਾ ਤਾਂ ਤੇਲ ਭਰ ਲਿਆ ਹੁਣ ਕਿਉਂਕਿ ਹਾਈਵੇ ਤੋਂ ਥੋੜ੍ਹਾ ਦੂਰ ਆ ਜਾ ਇੱਕ ਹੋਰ ਲੇਹ ਵਾਲਾ ਅਤੇ ਉੱਥੇ ਜਾ ਕੇ ਰੁਕਾਂਗੇ ਫਿਲਹਾਲ ਚਲੋ ਨਿਕਲਦੇ ਹਾਂ ਦੋਸਤੋ ਇੱਕ ਤੁਹਾਨੂੰ ਹੁਣ ਮੈਂ ਚੀਜ਼ ਦਿਖਾਉਂਦਾ ਮੈਂ ਜੋ ਲਾਸਟ ਟਾਈਮ ਇਸ ਰੋਡ ਸਾਈ ਲੰਘਿਆ ਸੀ ਵਿਦ ਜਿਪਸੀ ਤੋਂ ਜਿਹੜਾ ਜਿਪਸੀ ਕਰੀ ਜਾਂਦਾ ਅਤੇ ਉਦੋਂ ਮੈਂ ਇਸ ਪਿੰਡ 'ਚ ਰੁਕਿਆ ਸੀ ਕਿਉਂਕਿ ਅਸੀਂ ਬਹੁਤ ਲੇਟ ਹੋ ਗਏ ਸੀ ਸੁਮਰ ਏਰੀ ਤੋਂ ਅਸੀਂ ਵਾਪਸ ਆਉਂਦੇ ਆਉਂਦੇ ਫਿਰ ਅਸੀਂ ਇੱਥੇ ਆਣ ਕੇ ਰੁਕ ਕੇ ਕਮਰਾ ਲਿਆ ਸੀ ਇਹ ਪਿੰਡ ਆ ਗਿਆ ਇੱਕ ਅੱਗੇ ਅਤੇ ਇੱਥੇ ਫਿਰ ਅਸੀਂ ਰਾਤ ਰੁਕੇ ਸੀ ਅਤੇ ਦਾਲ ਚੌਲ ਖਾ ਕੇ ਸਾਰੇ ਸੀ ਉਦੋਂ ਵੀ ਕਿਉਂਕਿ ਇੱਧਰ ਰੋਟੀ ਰੁਟੀ ਤਾਂ ਬਾਈ ਭੁੱਲ ਜਾਓ ਠੀਕ ਹੈ ਅਤੇ ਜਾਂ ਥੋੜ੍ਹਾ ਸਿਲੰਡਰ ਰੱਖੋ ਨਾਲ ਅਤੇ ਆਟਾ ਰੱਖੋ ਅਤੇ ਬਣਾਈ ਜਾਓ ਅਤੇ ਖਾਈ ਜਾਓ ਠੀਕ ਹੈ ਪਰ ਇੱਧਰ ਸੋ ਤੁਹਾਨੂੰ ਦਾਲ ਚੌਲ ਮੈਗੀ ਇਹੋ ਕੁਛ ਹੀ ਮਿਲਣਾ ਕਿਤੇ ਹੈ ਕੋਈ ਤੁਹਾਨੂੰ ਦੇ ਦੇਵੇ ਕੁਛ ਬਣਾ ਕੇ ਅਦਰਵਾਈਜ਼ ਨਹੀਂ ਅਤੇ ਹੁਣ ਤੁਹਾਨੂੰ ਦਿਖਾਉਂਦਾ ਕਿ ਮੈਂ ਰਿਹਾ ਕਿੱਥੇ ਸੀਗਾ ਵੈਸੇ ਦਿਖਾਉਣ ਲੱਗੇ ਰੋਟੀ ਪਰ ਸਾਡੇ ਬੰਦਿਆਂ ਦੇ ਬਹੁਤ ਬੰਦੇ ਹਾਲ ਨੇ ਛੱਡ ਗਿਆ ਕੀ ਹੋਇਆ ਤੈਨੂੰ ਐ ਕਿਉਂ ਕਰੀ ਜਾਂਦਾ ਓਏ ਪਤਾ ਹੋਲੀ ਖਾ ਲਵੇ ਤੇਰੀ ਹੋਈ ਅਸੀਂ ਖਾਧੇ ਨੀ ਵਿੱਚੋਂ ਟੈਂਸ਼ਨ ਲੈ ਅਸੀਂ ਖੋਦੇ ਨੀ ਅਸੀਂ ਅਸੀਂ ਖੋਦੇ ਨੀ ਤੇਰੇ ਕੋਲ ਟੈਂਸ਼ਨ ਲੈ ਲੈ ਤੁਹਾਨੂੰ ਦੱਸਦੇ ਹਾਂ ਦੋਸਤੋ ਅਸੀਂ ਕਿੱਥੋਂ ਕਿੱਥੋਂ ਘੁੰਮ ਕੇ ਆਏ ਹਾਂ ਤੁਸੀਂ ਇਹ ਦੇਖੋ ਕਿ ਫਿਲਹਾਲ ਅਸੀਂ ਹੈਗੇ ਹਾਂ ਬਈ ਇਹ ਕਿਹੜਾ ਏਰੀਆ ਹੈ ਤੁਰਤੁਕ ਇੱਥੇ ਵੀ ਗਏ ਸੀਗੇ ਅਸੀਂ ਤੁਰਤੁਕ ਵੀ ਗਏ ਸੀਗੇ ਠੀਕ ਹੈ ਤੁਰਤੁਕ ਤੋਂ ਫਿਰ ਅਸੀਂ ਇੱਧਰ ਹੋ ਕੇ ਅਤੇ ਫਿਰ ਅਸੀਂ ਗਏ ਸੀਗੇ ਬਈ ਪੈਂਗੋਂਗ ਲੇਕ ਕਿੱਥੇ ਗਈ ਹਾਂ ਇਹ ਆ ਗਈ ਪੈਂਗੋਂਗ ਲੇਕ ਲੈ ਕੇ ਤੁਰਤੁਕ ਤੋਂ ਇੱਥੋਂ ਘੁੰਮਦੇ 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 ਇੱਥੇ ਆ ਗਏ ਪੈਂਗੋਂਗ ਲੇਕ ਅਤੇ ਪੈਂਗੋਂਗ ਤੋਂ ਫਿਰ ਅਸੀਂ ਗਏ ਸੀ ਚੁਸ਼ੁਲ ਚੁਸ਼ੁਲ ਤੋਂ ਫਿਰ ਅਸੀਂ ਗਏ ਹਾਂ ਇੱਥੇ ਹਾਨਲੇ ਇਹਦੇ ਅਗਲੇ ਬੰਨੇ ਪੈਂਦਾ ਠੀਕ ਹੈ ਅਤੇ ਇਸ ਟਾਈਮ ਇੱਥੇ ਗਏ ਸੀ ਬਈ ਹਾਨਲੇ ਇਸ ਜਗ੍ਹਾ 'ਤੇ ਠੀਕ ਹੈ ਇੱਥੇ ਹਾਨਲੇ ਗਏ ਸੀ ਜਮ੍ਹਾਂ ਕੋਰਨਰ ਹੈ ਵੀ ਇਹ ਵੀ ਕੋਰਨਰ ਸੀਗਾ ਪੈਂਗੋਂਗ ਲੇਕ ਵਾਲਾ ਅਤੇ ਇਹ ਵੀ ਕੋਰਨਰ ਸੀਗਾ ਇੱਧਰਲੀ ਸਾਈਡ ਨਹੀਂ ਗਏ ਕਿਉਂਕਿ ਜਾਣ ਨਹੀਂ ਦਿੰਦੇ ਅਤੇ ਅਸੀਂ ਇੱਥੋਂ ਘੁੰਮ ਕੇ ਅਤੇ ਹੁਣ ਇਸ ਟਾਈਮ ਹੈਗੇ ਹਾਂ ਬਈ ਮੇਰੇ ਹਿਸਾਬ ਨਾਲ ਇੱਥੇ ਇੱਥੇ ਆ ਕਿ ਪਤਾ ਨਹੀਂ ਇਹਦੇ ਕੁਛ ਹੋਰ ਆ ਗਏ ਹਾਂ ਇੱਥੇ ਹੀ ਹਾਂ ਬਾਈ ਅਸੀਂ ਇਸ ਜਗ੍ਹਾ 'ਤੇ ਠੀਕ ਹੈ ਹੁਣ ਅਸੀਂ ਇੱਥੋਂ ਹਾਈਵੇ ਚੱਕਾਂਗੇ ਅਤੇ ਅਸੀਂ ਸਿੱਧੇ ਜਾਵਾਂਗੇ ਆ ਮਨਾਲੀ ਵਾਲੇ ਹਾਈਵੇ 'ਤੇ ਪਰ ਅਸੀਂ ਜਾ ਕੇ ਰੁਕਾਂਗੇ ਇੱਥੇ ਆਪਾਂ ਅਸੀਂ ਰਾਤ ਸੋਚਣ ਰਹਿਣ ਦਾ ਸੋਚ ਰਹੇ ਹਾਂ ਅਤੇ ਪਰ ਇੱਥੋਂ ਜਾ ਕੇ ਇਹ ਸਾਰਾ ਮੈਪ ਆ ਜਿਹੜਾ ਕਿ ਲੱਦਾਖ ਦਾ ਹੈ ਮੇਰੇ ਹਿਸਾਬ ਨਾਲ ਇਕੱਲੇ ਦਾ ਮਾਰੇ ਉਹ ਆ ਮਾਰੇ ਅਲੱਗ ਤਰੀਕੇ ਨਾਲ ਖੇਡਦੇ ਆ ਪਤਾ ਤੈਨੂੰ ਕਿਵੇਂ ਖੇਡਦੇ ਆ ਹਮਾਰੇ ਨਾ ਔਰ ਤਰੀਕੇ ਸੀਗੇ ਇਧਰਾਂ ਹਮਾਰੇ ਪਤਾ ਹਮਾਰੇ ਖੇਡਦੇ ਐਸੇ ਹਮਾਰੇ ਐਸੇ ਖੇਡਦੇ ਓਕੇ ਬਾਬਾ ਸਾਰੋ ਕੋ ਬਾਏ ਫਿਰ ਕਦੇ ਮਿਲਾਂਗੇ ਅਤੇ ਦੋਸਤੋ ਲਾਈਕ ਜਿੱਦਾਂ ਇੱਥੇ ਛੋਟੇ ਛੋਟੇ ਪਿੰਡ ਨੇ ਅਤੇ ਤੁਸੀਂ ਬਾਈ ਜੀ ਟਾਈਮ ਹੋ ਚੁੱਕਿਆ 7:28 ਦੇ ਟੈਂਪਰੇਚਰ ਹੈਗਾ 15 ਅਤੇ ਸਨਸੈਟ ਵੀ ਹੋ ਚੱਲਿਆ ਅਤੇ ਬਾਈ ਦੋਸਤੋ ਫਾਈਨਲੀ ਅਸੀਂ ਮਨਾਲੀ ਲੇਹ ਹਾਈਵੇ 'ਤੇ ਚੜ੍ਹ ਗਏ ਹਾਂ ਅਤੇ ਹੁਣ ਆਪਾਂ ਪੈਂਗ ਜਾ ਕੇ ਰੁਕਾਂਗੇ ਥੋੜ੍ਹਾ ਹੀ ਇੱਥੋਂ ਅਤੇ ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ ਅਤੇ ਠੰਡ ਹੋ ਚੁੱਕੀ ਹੈ ਕਾਫੀ ਜ਼ਿਆਦਾ ਅਤੇ ਟਾਈਮ ਹੋ ਚੁੱਕਿਆ 8:15
ਤੇ ਰਾਹ ਬਹੁਤ ਹੀ ਫਨੀ ਸੀ ਤੇ ਬਹੁਤ ਹੀ ਇੰਜੋਏ ਵਾਲਾ ਸੀ। ਚਲੋ ਵੀ ਆ ਜਾਓ ਖਿੱਚੀ। ਤੇ ਦੋਸਤੋ ਅਸੀਂ ਫਾਈਨਲੀ ਪਲਾਨ ਕੀਤਾ ਹੈ ਕਿ ਅਸੀਂ ਪੈਂਗ ਰੋਕ ਰਹੇ ਹਾਂ ਅਤੇ ਆਪਣੇ ਟੈਂਟ ਵਗੈਰਾ ਅਸੀਂ ਲਾ ਰਹੇ ਹਾਂ ਜਿੱਦਾਂ ਕੱਲ੍ਹ ਆਏ ਸੀਗੇ ਅਤੇ ਕਿਉਂਕਿ ਬਹੁਤ ਲੇਟ ਹੋ ਚੁੱਕੇ ਹਾਂ, ਆਲਮੋਸਟ 9 ਵੱਜ ਚੁੱਕੇ ਨੇ। ਜੇ ਸਰਚੂ ਜਾ ਕੇ ਵੀ ਰੁਕਦੇ 2-2.5 ਘੰਟੇ ਲੱਗਣੇ ਸੀ ਤਾਂ ਰਾਹ ਬਹੁਤ ਗੰਦਾ ਹੈ ਅਤੇ ਇਸਦਾ ਮੈਂ ਸੋਚਿਆ ਕਿ ਇੱਥੇ ਰੁਕ ਜਾਈਏ ਕਿਉਂਕਿ ਫਿਲਹਾਲ ਅੱਜ ਹਾਲੇ ਰੁਕਣ ਦਾ ਮਨ ਸੀ ਪਰ ਨਹੀਂ, ਉੱਥੇ ਪਰਮਿਸ਼ਨ ਨਹੀਂ ਮਿਲੀ ਅਤੇ ਹੁਣ ਅਸੀਂ ਇੱਥੇ ਟੈਂਟ ਲਗਾ ਕੇ ਅਤੇ ਸੌਵਾਂਗੇ ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਦਿਨ ਬਹੁਤ ਇੰਜੋਏ ਕੀਤਾ। ਉਹ ਸਾਡੇ ਬੰਦੇ ਨੇ ਬਹੁਤ ਖੱਜਲ ਹੋਏ ਨੇ ਨਵੇਂ ਅਤੇ ਇਸ ਕਰਕੇ ਉਹਨਾਂ ਵਾਸਤੇ ਸੌਰੀ, ਪਰ ਹਾਂ ਜਿਹੜਾ ਸਾਡਾ ਮੇਨ ਮਕਸਦ ਸੀ ਅੱਜ ਹਾਲੇ ਵਾਲਾ ਉਹ ਪੂਰਾ ਹੋ ਚੁੱਕਿਆ ਹੈ ਅਤੇ ਬਾਕੀ ਉਮੀਦ ਹੈ ਕਿ ਤੁਸੀਂ ਵੀ ਇੰਜੋਏ ਕੀਤਾ ਹੋਊਗਾ ਅਤੇ ਮੈਂ ਫਸਟ ਟਾਈਮ ਹਾਲੇ ਗਿਆ ਅਤੇ ਹੁਣ ਆਪਾਂ ਕੱਲ੍ਹ ਨੂੰ ਜਾ ਕੇ ਕਲੋਂਗ ਜਾਂ ਜਿਸਪਾ ਰੁਕਾਂਗੇ ਕਿਤੇ ਅਤੇ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਹੋਰ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅਤੇ ਮਿਲਦੇ ਹੁਣ ਕੱਲ੍ਹ ਨੂੰ ਨਵਾਂ ਦਿਨ ਅਤੇ ਨਵਾਂ ਵਲੋਗ ਲੈ ਕੇ। ਬਾਏ, ਟੇਕ ਕੇਅਰ ਅਤੇ ਥੈਂਕ ਯੂ ਗੁਡਮੋ ਫੋਰ ਸਪੋਂਸਰਿੰਗ ਦਿਸ ਟ੍ਰਿਪ ਅਤੇ ਤੁਸੀਂ ਉਹਨਾਂ ਦੀ ਸਾਰੀ ਡਿਟੇਲ ਜਿਹੜੀ ਆ ਗੁਡਮੋ ਦੀ ਮੈਂ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ, ਲਿੰਕ ਵਗੈਰਾ ਤੁਸੀਂ ਜਾ ਕੇ ਦੇਖ ਸਕਦੇ ਹੋ, ਸਾਰਾ ਕੁਛ ਤੁਹਾਨੂੰ ਉੱਥੋਂ ਪਤਾ ਲੱਗ ਜੂ ਗੁਡਮੋ ਹੈ ਕੀ ਹੈ।